ਸੋਫਿਸਟੀਕੇਟਡ ਹੈ, ਸਲਵਾਕੀਆ ਦਾ ਬਣਿਆ ਹੋਇਆ, ਇੰਡੀਆ ਦਾ ਤਾਂ ਬਣਿਆ ਨਹੀਂ ਹੋਈ, ਨਾ ਹੀ ਦੇਸੀ ਹੈਗਾ, ਸੋ ਫੋਰਨ ਮੇਡ ਹੈਗਾ, ਸੋ ਇਹਦੀ ਉਸ ਐਂਗਲ ਤੋਂ ਸਰ ਇਨੀਸ਼ੀਅਲ ਇਨਵੈਸਟੀਗੇਸ਼ਨ ਕੁਝ ਸਾਹਮਣੇ ਆਇਆ ਜੀ ਵੀ ਕਿਆ ਕਿੱਥੋਂ ਮੰਗਾਏ ਸੀ ਜਾਂ ਕਿੱਥੇ ਇਹਨਾਂ ਨੇ ਡਿਲੀਵਰੀ ਦੇਣੀ ਸੀ ਜਾਂ ਇਹਨਾਂ ਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ? ਦੇਖੋ ਹਾਲੇ ਤਾਂ ਇਸ ਗੱਲ 'ਤੇ ਹੈ ਕਿ ਅਸੀਂ ਇਹਨੂੰ ਰਿਕਵਰ ਕਰ ਲਿਆ, ਇੱਕ ਮੁਲਜ਼ਮ ਜਿਹੜਾ ਅਰੈਸਟ ਕਰ ਲਿਆ ਉਹਨੂੰ ਅਸੀਂ ਉਹਦੇ ਪ੍ਰੋਡਕਸ਼ਨ ਪ੍ਰੋਡਕਟ ਲੈ ਰਹੇ ਹਾਂ, ਉਹਨੂੰ ਪੇਸ਼ ਕਰਕੇ ਜੋ ਵੀ ਕੱਲ੍ਹ ਅਰੈਸਟ ਕੀਤਾ ਹੈਗਾ, ਅੱਜ ਉਹਦਾ ਰਿਮਾਂਡ ਲਵਾਂਗੇ ਔਰ ਉਹਦੀ ਫਿਰ ਪੂਰੀ ਪੁੱਛਗਿੱਛ ਕਰਕੇ ਪੂਰਾ ਉਹਦਾ ਜਿਹੜਾ ਹੈ ਉਹ ਜ਼ਰੂਰ ਕਰਾਂਗੇ। ਹੋਰ ਸਰ ਕਿੰਨੇ ਮਿਲੇ ਆ ਰੋਲ ਸੀਗੇ ਯਾਰ? ਇੱਕ ਮਿੰਟ ਯਾਰ, ਇੱਕ ਇੱਕ ਕਰਕੇ ਪੁੱਛੋ ਤੁਸੀਂ ਮੱਛੀ ਮੰਡੀ ਵਾਲਾ ਹਿਸਾਬ ਨਾਲ ਇਸ ਜਿਹਦੇ ਜਿਹੜਾ ਕਿ ਪਿਛਲੇ ਦਿਨ ਜੋ ਤੁਸੀਂ ਜੁਆਇਨ ਕੀਤਾ ਸੀ ਉਸ ਦਿਨ ਵੀ ਗ੍ਰਨੇਡ ਸਰ ਮਿਲੇ ਸੀਗੇ, ਕੀ ਇਹ ਇਸ ਤਰ੍ਹਾਂ ਦੇ ਵੈਪਨ ਨੇ ਉਹਨਾਂ ਦੇ ਨਾਲ ਉਸਦੀ ਜਾਂਚ ਕਿਵੇਂ ਇਹਨਾਂ ਨਾਲ ਜੁੜਦੀ ਹੈ ਜਾਂ ਇਹ ਜਿਹੜੇ ਹਥਿਆਰ ਲਗਾਤਾਰ ਸਿਟੀ ਦੇ ਵਿੱਚ ਆ ਰਹੇ ਨੇ? ਮੁੱਢਲੇ ਰੂਪ ਦੇ ਵਿੱਚ ਗ੍ਰਨੇਡ ਵਾਲਾ ਤਾਂ ਇਹਦੇ ਨਾਲ ਆਪਸ ਦੇ ਵਿੱਚ ਕੋਈ ਕਨੈਕਸ਼ਨ ਨਹੀਂ ਹੈਗਾ, ਲੇਕਿਨ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਹੈ, ਡੈਫੀਨੇਟਲੀ ਉਹ ਗ੍ਰਨੇਡ ਵੀ ਬਾਹਰੋਂ ਆਏ ਸੀਗੇ, ਇਹ ਵੀ ਜਿਹੜਾ ਲੱਗਦਾ ਹੈ ਕਿ ਇਹ ਵਿਦੇਸ਼ੀ ਨੇ ਔਰ ਉਹ ਐਂਗਲ ਤੋਂ ਅਸੀਂ ਉਹਨੂੰ ਖੋਜ ਰਹੇ ਹਾਂ। ਸਰ ਆਮ ਤੌਰ ਤੇ ਦੇਖਿਆ ਗਿਆ ਕਿ ਵੀ ਹੈ ਬਹੁਤ ਹੈਬਚੁਅਲ ਕ੍ਰਿਮੀਨਲਸ ਨੇ ਜਿਹੜੇ ਨਾ ਦੁਬਾਰਾ ਇਨਵੋਲਵ ਜਵਾਨਾਂ ਤੋਂ ਛੁੱਟਦੇ ਆ ਤੇ ਦੁਬਾਰਾ ਇਨਵੋਲਵ ਹੋ ਜਾਂਦੇ, ਇਹਦੀ ਵੀ ਇਸ ਤਰ੍ਹਾਂ ਹੀ ਤੇ ਨਾਲ ਦੀ ਨਾਲ ਦੀ ਫੈਮਿਲੀ ਜਿਹੜੀ ਬੈਕਗ੍ਰਾਉਂਡ ਹੈ, ਕਿਉਂਕਿ ਪਿੰਡਾਂ ਦੇ ਜਿਹੜੇ ਬਾਰਡਰ ਏਰੀਆ 'ਚ ਰਹਿੰਦੇ ਨੇ ਲੋਕ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦੇ ਸਮਗਲਰਾਂ ਦੇ ਨਾਲ ਲਿੰਕ ਹੈ। ਹੁਣ ਮੈਂ ਲਾਸਟ ਟਾਈਮ ਵੀ ਜਦੋਂ ਪਹਿਲੀ ਆਪਾਂ ਪ੍ਰੈਸ ਕਾਨਫਰੰਸ ਕੀਤਾ ਸੀ ਉਦੋਂ ਮੈਂ ਦੱਸਿਆ ਸੀਗਾ ਕਿ ਜਿੰਨੇ ਵੀ ਪੁਰਾਣੇ ਕ੍ਰਿਮੀਨਲਸ ਨੇ ਉਹਨਾਂ ਦੇ ਸਾਡੇ ਸਾਰੇ ਹੀ ਉਹਨਾਂ ਦਾ ਅਸੀਂ ਉਹਦੇ 'ਤੇ ਉਹਨਾਂ ਦੀ ਵੇਰੀਫਿਕੇਸ਼ਨ ਵੀ ਕਰ ਰਹੇ ਹਾਂ, ਵੇਰੋਬੋਕਸ ਵੀ ਕਰ ਰਹੇ ਹਾਂ, ਪੂਰੀ ਸ਼ੈਡੋਇੰਗ ਕਰਦੇ ਹਾਂ ਔਰ ਉਹਨਾਂ ਦਾ ਜਿਹੜਾ ਜਿੱਥੋਂ ਤੱਕ ਸਵਾਲ ਹੈ ਕਿ ਜਿਹੜੇ ਇਹ ਕ੍ਰਾਈਮ ਜਿਹੜੇ ਵੈਪਨ ਦੇ ਨਾਲ ਹੈ ਜਾਂ ਸਮਗਲਰਸ ਹੈ ਜਾਂ ਇਹੋ ਜਿਹੜੇ ਵੀ ਹੈ, ਕਿਉਂਕਿ ਸਾਡੇ ਲਈ ਇਹ ਕ੍ਰਿਮੀਨਲ ਹੈ ਔਰ ਇਹਨਾਂ ਦਾ ਕੋਈ ਇਹ ਨਹੀਂ ਡਿਫਾਈਨਡ ਕਿ ਇਹਨੇ ਇਕੱਲਾ ਇਹੀ ਕਰਨਾ, ਡਰੱਗਸ ਦਾ ਵੀ ਕੰਮ ਕਰ ਰਹੇ ਔਰ ਜਿਹੜੇ ਵੈਪਨ ਦਾ ਵੀ ਲਿਆਉਣ ਦਾ ਵੀ ਕਰ ਰਹੇ ਆ, ਪਰੋਕਸ਼ਨ ਜਾਰੀ ਹੈ ਇਹ ਕਿੱਥੋਂ ਆਏ, ਕੌਣ ਲੈ ਕੇ ਆਇਆ, ਹੋਰ ਇਹਦੇ ਨਾਲ ਕੌਣ ਕੌਣ ਕਨੈਕਟਡ ਹੈ ਜਾਂ ਇਹਨਾਂ ਦੇ ਨਾਲ ਯੂਜ਼ ਕਰਦਿਆਂ ਕੋਈ ਕੋਈ ਵਾਰਦਾਤ ਹੋਈ ਜਾਂ ਨਹੀਂ ਹੋਈ, ਇਹ ਸਾਰੀਆਂ ਗੱਲਾਂ ਜਿਹੜੀਆਂ ਇਨਵੈਸਟੀਗੇਸ਼ਨ 'ਚ ਆ ਜਾਣਗੀਆਂ। ਪਰ ਇਸ ਮੌਕੇ ਦੇ ਉੱਤੇ ਜਿਹੜੇ ਵੈਪਨ ਜਿਹੜੇ ਬਹੁਤ ਹੀ ਸਫਿਸਟੀਕੇਟਡ ਨੇ ਔਰ ਲੱਗਦਾ ਹੈ ਕਿ ਪਾਰ ਤੋਂ ਆਏ ਨੇ ਔਰ ਉਹ ਇੱਕ ਜਿਹੜੀ ਹੈ ਰਿਕਵਰੀ ਹੋਣ ਦੇ ਨਾਲ ਅੱਗੋਂ ਆਉਣ ਵਾਲਾ ਜਿਹੜਾ ਕ੍ਰਾਈਮ ਨੂੰ ਕੁਛ ਨਾ ਕੁਛ ਠੱਲ ਜ਼ਰੂਰ ਪਏਗੀ। ਸੋ ਇਸ ਮਸਲੇ ਦੇ ਉੱਤੇ ਮੈਂ ਆਪਣੇ ਜਿਹੜੇ ਆਫਿਸਰਸ ਜਿਨ੍ਹਾਂ ਨੇ ਸਾਰਿਆਂ ਨੇ ਕੰਮ ਕੀਤਾ ਉਹਨਾਂ ਨੂੰ ਸ਼ਾਬਾਸ਼ੀ ਵੀ ਦੇਣਾ ਔਰ ਤੁਹਾਡੇ ਨਾਲ ਇਹ ਵੀ ਵਾਅਦਾ ਕਰਦਾ ਕਿ ਅੱਗੇ ਤੋਂ ਵੀ ਜਿਹੜਾ ਹੈਗਾ ਇਹ ਬਹੁਤ ਹੀ ਮੁਸ਼ਤੈਦੀ ਦੇ ਨਾਲ ਔਰ ਤੁਹਾਡੇ ਸਾਰੇ ਜਿਹੜੇ ਤੁਹਾਡੇ ਜ਼ਰੀਏ ਜਿੰਨੇ ਵੀ ਸਾਡੇ ਇਲਾਕਾ ਨਿਵਾਸੀ ਹੈ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਕ੍ਰਾਈਮ ਕ੍ਰਿਮੀਨਲ ਨੇ ਇਹਨਾਂ 'ਤੇ ਪੂਰੀ ਨੱਥ ਪਾਈ ਜਾਏਗੀ ਤਾਂ ਕਿ ਜਿਹੜਾ ਸਾਡਾ ਜਿਹੜਾ ਇਹ ਮਾਹੌਲ ਬਹੁਤ ਸੁਖਾਵਾ ਹੋਏਗਾ। ਸਰ ਦੋਨੋਂ ਘਰਿੰਡਾ ਦੇ ਰਹਿਣ ਵਾਲੇ ਨੇ, ਇਹਨਾਂ 'ਤੇ ਪਹਿਲੇ ਵੀ ਕੋਈ ਪਰਚੇ ਦਰਜ ਨੇ? ਦੇਖੋ ਇਹ ਘਰਿੰਡਾ ਦੇ ਰਹਿਣ ਵਾਲੇ ਨੇ, ਇਹਨਾਂ ਦਾ ਜਿਹੜਾ ਸਾਰਾ ਰਿਕਾਰਡ ਖੰਗਾਲਿਆ ਜਾ ਰਿਹਾ ਕਿਉਂਕਿ ਇੱਕ ਬੰਦਾ ਅਰੈਸਟ ਹੋ ਗਿਆ, ਦੂਸਰਾ ਭੱਜ ਲਿਆ ਸੀ, ਉਸ ਤੋਂ ਇਲਾਵਾ ਹੋਰ ਵੀ ਜਿਹੜੇ ਇਹਨਾਂ ਨਾਲ ਕੋਈ ਐਸੋਸੀਏਟ ਹੋਣਗੇ ਜਿੱਥੋਂ ਉਹ ਆਇਆ ਹੋਏਗਾ, ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਇਨਵੈਸਟੀਗੇਸ਼ਨ ਦੀਆਂ ਨੇ। ਸੋ ਮੈਂ ਇਸ ਸਟੇਜ 'ਤੇ ਤੁਹਾਨੂੰ ਇਸ ਤੋਂ ਇਲਾਵਾ ਸ਼ਾਇਦ ਨਾ ਦੱਸ ਪਾਵਾਂ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਦੋਂ ਵੀ ਕੋਈ ਇਸ ਤੋਂ ਫਰਦਰ ਕੋਈ ਹੋਰ ਫਰਦਰ ਬ੍ਰੇਕ ਥਰੂ ਹੋਏਗਾ ਤੁਹਾਡੇ ਰੂਪ ਨੂੰ ਜ਼ਰੂਰ ਹੋਵੇਗਾ। ਉਹ ਅਸੀਂ ਖੰਗਾਲ ਰਹੇ ਹਾਂ ਕਿਹੜੇ ਕਿਹੜੇ ਉਹਨਾਂ ਦੇ, ਕਿਉਂਕਿ ਡਿਫਰੈਂਟ ਥਾਣਾ ਸੀਗਾ ਉਹਦਾ ਰਿਕਾਰਡ ਦੇਖ ਰਹੇ ਹਾਂ, ਜਿਹੜੇ ਵੀ ਪਰਚੇ ਤਾਂ ਡੈਫੀਨੇਟਲੀ ਹੋਣਗੇ ਪੁਰਾਣੇ ਕ੍ਰਿਮੀਨਲ ਹੀ ਲੱਗਦੇ ਨੇ ਔਰ ਸਾਰੇ ਹੀ ਜਿਹੜੇ ਅਸੀਂ ਪੁਰਾਣੇ ਕ੍ਰਿਮੀਨਲ ਦੇ ਉਹਨਾਂ ਦੇ, ਤੁਹਾਨੂੰ ਉਦੋਂ ਵੀ ਦੱਸਿਆ ਸੀ ਕਿ ਅਸੀਂ ਉਹਨਾਂ ਦੀ ਸ਼ੈਡੋਇੰਗ ਵੀ ਕਰਾਂਗੇ, ਉਹਨਾਂ ਦੇ ਪੂਰਾ ਧਿਆਨ ਰੱਖਾਂਗੇ, ਪੂਰੀ ਨਜ਼ਰ ਰੱਖਾਂਗੇ ਤਾਂ ਕਿ ਉਹ ਉਹਨਾਂ ਦੇ ਕ੍ਰਾਈਮ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕਿਆ ਜਾਵੇ ਔਰ ਉਹਨਾਂ ਨੂੰ ਇਹਦੇ ਡਰੋਨ ਦੇ ਆਉਣ ਦੇ ਨਾਲ ਸੰਭਾਵਨਾ ਲੱਗਦੀ ਹੈ। ਲੇਕਿਨ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਇਨਵੈਸਟੀਗੇਸ਼ਨ, ਇੰਨੀ ਗੱਲ ਜ਼ਰੂਰ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਪਣੀ ਜਿਹੜੀ ਪਾਲਿਸੀ ਬਹੁਤ ਕਲੀਅਰ ਹੈ, ਕ੍ਰਾਈਮ ਅਤੇ ਕ੍ਰਿਮੀਨਲ ਨੂੰ ਕੰਟਰੋਲ ਕਰਨਾ ਸਾਡਾ ਜਿਹੜਾ ਪਹਿਲਾ ਏਮ ਹੈ ਔਰ ਉਹਦੇ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਵੇ ਦੇ ਨਾਲ ਔਰ ਲੋਕਾਂ ਦੇ ਸਾਥ ਦੇ ਨਾਲ ਅਸੀਂ ਆਪਣੇ ਜਿਹੜੇ ਇਹ ਕਾਰਜ ਪ੍ਰਣਾਲੀ ਨੂੰ ਕਰਨਾ। ਉਸ ਦੌਰਾਨ ਸਾਰੇ ਹੀ ਜਿਹੜੇ ਸਾਡੇ ਆਫਿਸਰ ਸੀਗੇ ਉਹਨਾਂ ਨੂੰ ਅਸੀਂ ਹਦਾਇਤਾਂ ਕੀਤੀਆਂ, ਸਿਕਿਉਰਿਟੀ ਦੇ ਪ੍ਰਬੰਧ ਕੀਤੇ, ਉਹਦੇ ਤਹਿਤ ਸਾਡੇ DCP ਸਾਹਿਬ ਔਰ ਸਾਡੀ ਜਿਹੜੀ ਟੀਮ ਸੀਗੀ ਖਾਸ ਕਰਕੇ ਜਿਹੜਾ ਡਿਟੈਕਟਿਵ ਔਰ CAA ਇਹਨਾਂ ਨੇ
मेहनत के नाल कल ही एक जरा गैंग फड़िया, स्पैशल नाके वगैरह लगाए हुए थे। उस गैंग चो दो जड़े व्यक्ति से और उन्हां चो एक व्यक्ति नूं असीं पकड़ लिया। दो व्यक्ति नामजद होए ने, एक का नाम जगप्रीत सिंह है, दूसरे का अर्शदीप। ये दोवें ही करिंडा थाने दे वसनीक ने और उन्हां दी जिहड़ा जगप्रीत दी सर्च तो बाद दो वैपन्स वो मिले, नाल दो मैगजीन ने, 10 जिंदा कारतूस, 30 बोर दे वैपन ने। और इस मेन जिहड़ी गल है, ये वैपन बहुत ही सोफिस्टिकेटेड और सलवाकिया जिहड़ा एक विदेशी जिहड़ा हैगा उत्थों दे बने हुए ने और लगता है कि ये पाकिस्तान के जरिए इत्थे पहुँचे ने। ये वैपन जिहड़े ने उस तो बाद इहदी अगे जिहड़ी है इन्वेस्टिगेशन जारी है, भी कर रहे हैं, बाहरों भी लियांदे ने। सो ये बेसिकली एक क्राइम दे पक्षों साडी इहनां ते पूरी नज़र है और पूरी इंस्ट्रक्शंस ने पूरा उस दे उत्ते असीं उहनूं उहदे ते मॉनिटर भी करते हैं और उहनां ते इहनूं रिकवरी भी करते हैं। हुण इह जिहड़ा वैपन अक्सर जे आपां फड़िया ते कोई मसले वास्ते आया होएगा, सो उहदी पूरी पूरी जिहड़ी है उहनूं कोक करके उहनां नूं बुक करांगे। सर वो सारे तो लुट होई सी, उहदा की बोलेगा सर जिहड़ा जो वैपन लै के सी रखो कितों जी जिहड़ा सदर थाने दे एरिया दे विच ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬੰਦੇ ਨਾਲ ਹੋਰ ਵੀ ਕੋਈ ਇਨਵੋਲਵ ਸੀਗੇ ਜਾਂ ਇਕੱਲਾ ਤੁਸੀਂ ਬੰਦਾ ਪਕੜਿਆ ਜੀ? ਤੁਸੀਂ ਇਹਦਾ ਤੁਹਾਨੂੰ ਦੱਸਿਆ ਦੋ ਬੰਦੇ ਸੀਗੇ, ਦੂਜੇ ਨੂੰ ਵੀ ਅਸੀਂ ਨੋਮੀਨੇਟ ਕਰ ਲਿਆ ਬਾਈ ਨੇ, ਲੇਕਿਨ ਉਹਦਾ ਅੱਗੋਂ ਕੀ ਹੋਣਾ ਉਹ ਫਿਰ ਅਸੀਂ ਇਨਵੈਸਟੀਗੇਸ਼ਨ 'ਚ ਪਾ ਲਿਆ। देखो जिहड़ा ये व्यक्ति हैगा ये करिंडे का रहने वाला है और करिंडे थोनू पता ही है काफ़ी ज़्यादा समगलिंग का भी हैगा और वो उस एंगल तो असं सारी प्रूफ कर रहे हैं। ये उम्र जी वही 30s दे विच हैगा और जो असं इनवैसटीगेट करते हैं असं कल एक आस्पैक्ट नू इनवैसटीगेट नहीं करते, वो असं सारे ही इनवैसटीगेट करते हैं। सो उस इनवैसटीगेशन दौरान क्योंकि ये फर्स्ट स्टेज दे है, वो फिर सारे जो पहलू आने चंगी तरह घो के वो सारे सामने आने।